ਲਾਸਟ ਟਾਈਮ ਆਪਾਂ ਡਿਸਕਸ ਕੀਤਾ ਸੀ ਸਿੰਪਲ ਪ੍ਰੈਜ਼ੈਂਟ ਟੈਂਸ ਦਾ ਅਫਰਮੇਟਿਵ ਕੇਸ ਯਾਨੀ ਕਿ ਹਾਂਵਾਚਕ ਮਤਲਬ ਕਿਸੇ ਕੰਮ ਨੂੰ ਅਸੀਂ ਕਰਦੇ ਹਾਂ ਉਹ ਦੱਸਣ ਵਾਸਤੇ ਤਾਂ ਉਹਦੇ ਵਿੱਚ ਅਸੀਂ ਕਿਹਾ ਸੀ ਕਿ ਸਬਜੈਕਟ ਪਲੱਸ ਵੀ 1 ਪਲੱਸ ਆਬਜੈਕਟ ਠੀਕ ਹੈ ਜੀ ਸਬਜੈਕਟ ਕਿਹੜਾ ਸੀਗਾ ਜਦੋਂ ਸਬਜੈਕਟ ਆਈ ਵਈ ਯੂ ਦੇ ਹੁੰਦਾ ਹੈ ਤਾਂ ਵੀ 1 ਵਰਬ ਦੀ ਫਰਸਟ ਫਾਰਮ ਲੱਗਦੀ ਹੈ ਤੇ ਉਸ ਤੋਂ ਬਾਅਦ ਆਬਜੈਕਟ ਉਹਦੀ ਜੋ ਵੀ ਡਿਟੇਲ ਹੈ ਜਿਸ ਤਰ੍ਹਾਂ ਅਸੀਂ ਖੇਡਦੇ ਹਾਂ ਵਹੀ ਪਲੇ ਬੈਡਮਿੰਟਨ ਅਸੀਂ ਬੈਡਮਿੰਟਨ ਖੇਡਦੇ ਹਾਂ ਮਤਲਬ ਇਹ ਆਪਸ਼ਨਲ ਸੀ ਕਿ ਬੈਡਮਿੰਟਨ ਲਗਾਵਾਂਗੇ ਤਾਂ ਅਸੀਂ ਬੈਡਮਿੰਟਨ ਖੇਡਦੇ ਹਾਂ ਕਹਿ ਦਵਾਂਗੇ ਠੀਕ ਹੈ ਜੇ ਇਕੱਲਾ ਖੇਡਦੇ ਤਾਂ ਵਹੀ ਪਲੇ ਆਈ ਪਲੇ ਯੂ ਪਲੇ ਦੇ ਪਲੇ ਅਸੀਂ ਬੈਡਮਿੰਟਨ ਖੇਡਦੇ ਹਾਂ ਤਾਂ ਕਹਾਂਗੇ ਆਈ ਪਲੇ ਬੈਡਮਿੰਟਨ ਵਹੀ ਪਲੇ ਬੈਡਮਿੰਟਨ ਯੂ ਪਲੇ ਬੈਡਮਿੰਟਨ ਐਂਡ ਦੇ ਪਲੇ ਤਾਂ ਜਦੋਂ ਅਸੀਂ ਸਬਜੈਕਟ ਨੂੰ ਥਰਡ ਪਰਸਨ ਸਿੰਗੂਲਰ ਲਿਆ ਸੀ ਥਰਡ ਪਰਸਨ ਸਿੰਗੂਲਰ ਕਿਹੜਾ ਹੁੰਦਾ ਜੀ ਹੀ ਸ਼ੀ ਹੀ ਸ਼ੀ ਹਿਸ ਸਿਸਟਰ ਰਵੀ ਜਾਂ ਇੱਕ ਦੀ ਗੱਲ ਕਰਦੇ ਆ ਜੋ ਇੱਕ ਦੀ ਗੱਲ ਕਰਦੇ ਆ ਉਹ ਵੀ ਥਰਡ ਪਰਸਨ ਹੋਵੇ ਠੀਕ ਹੈ ਤਾਂ ਉਦੋਂ ਵੀ 1 ਦੇ ਨਾਲ ਐਸ ਜਾਂ ਈ ਐਸ ਲੱਗ ਜਾਂਦਾ ਹੀ ਪਲੇਜ਼ ਸ਼ੀ ਪਲੇਜ਼ ਹਿਸ ਸਿਸਟਰ ਪਲੇਜ਼ ਰਵੀ ਪਲੇਜ਼ ਫਿਰ ਗੋਸ ਆਬਜੈਕਟ ਬੈਡਮਿੰਟਨ ਜੋ ਵੀ ਖੇਡਦਾ ਬੈਡਮਿੰਟਨ ਫੁੱਟਬਾਲ ਠੀਕ ਹੈ ਹੁਣ ਅੱਜ ਅਸੀਂ ਜੋ ਕਰਨ ਜਾ ਰਹੇ ਆ ਅੱਜ ਅਸੀਂ ਕਰਨਾ ਚਾਹੁੰਦੇ ਆ ਜੀ 네ਗੇਟਿਵ 네ਗੇਟਿਵ ਦੇ ਵਿੱਚ ਅਸੀਂ ਕਰਦੇ ਆ ਕਿ ਜੋ ਅਸੀਂ ਸਬਜੈਕਟ ਪਲਸ ਵੀ 1 ਪਲਸ ਆਬਜੈਕਟ ਕੀਤਾ ਸੀ ਸਬਜੈਕਟ ਪਲਸ ਵੀ 1 ਦੇ ਵਿੱਚਕਾਰ ਅਸੀਂ ਡੂ ਨਾਟ ਲਗਾ ਦੇਵਾਂਗੇ ਹੁਣ ਸਾਡਾ ਉਹ ਸੈਂਟੈਂਸ ਬਣ ਗਿਆ ਅਸੀਂ ਬੈਡਮਿੰਟਨ ਨਹੀਂ ਖੇਡਦੇ ਹਾਂ ਵੀ ਡੂ ਨਾਟ ਪਲੇ ਪਲੇ ਕੀ ਇਹ ਵਰਬ ਅਸੀਂ ਕੀ ਕੰਮ ਕਰ ਰਹੇ ਆ ਖੇਡਦੇ ਆ ਤਾਂ ਨਹੀਂ ਖੇਡਦੇ ਆ ਤਾਂ ਡੂ ਨਾਟ ਪਲੇ ਅਸੀਂ ਖੇਡਦੇ ਆ ਤਾਂ ਵੀ ਪਲੇ ਬੈਡਮਿੰਟਨ ਜੇ ਅਸੀਂ ਨਹੀਂ ਖੇਡਦੇ ਆ ਤਾਂ ਵੀ ਡੂ ਨਾਟ ਪਲੇ ਬੈਡਮਿੰਟਨ ਆਈ ਡੂ ਨਾਟ ਪਲੇ ਬੈਡਮਿੰਟਨ ਯੂ ਡੂ ਨਾਟ ਪਲੇ ਬੈਡਮਿੰਟਨ ਦੇ ਡੂ ਨਾਟ ਪਲੇ ਬੈਡਮਿੰਟਨ ਇਹ ਉਦੋਂ ਦਾ ਫਾਰਮੈਟ ਹੈ ਜਦੋਂ ਅਸੀਂ ਸਬਜੈਕਟ ਆਈ ਵੀ ਯੂ ਤੇ ਦੇ ਲੰਦੇ ਆ ਠੀਕ ਹੈ ਜੀ ਹੁਣ ਜਦੋਂ ਸੀ ਸਬਜੈਕਟ ਆਪਣਾ ਲਿਆ ਅ ਥਰਡ ਪਰਸਨ ਸਿੰਗੂਲਰ ਥਰਡ ਪਰਸਨ ਸਿੰਗੂਲਰ ਕਿਹੜਾ ਜੀ ਹੀ ਸ਼ੀ ਇਟ ਹਿਸ ਸਿਸਟਰ ਰਵੀ ਇਹ ਸਾਰੇ ਥਰਡ ਪਰਸਨ ਸਿੰਗੂਲਰ ਹੈ ਹੁਣ ਇੱਥੇ ਜਦੋਂ ਉਹਨਾਂ ਨੂੰ ਨਾਵਾਚਕ ਦੇਖਣਾ ਹੈ ਵੀ ਉਹ ਕੰਮ ਨਹੀਂ ਕਰਦੇ ਹਨ ਤਾਂ ਉਹ ਹਨ ਨਹੀਂ ਉਹ ਨਹੀਂ ਕਰਦਾ ਹੈ ਉਹ ਨਹੀਂ ਕਰਦੀ ਹੈ ਤਾਂ ਡਸ ਨਾਟ ਹੀ ਡਸ ਨਾਟ ਪਲੇ ਬੈਡਮਿੰਟਨ ਵੀ ਵਨ ਦੇ ਆਬਜੈਕਟ ਸੇ ਉਸੇ ਤਰਹੀ ਹੈ ਜਿਵੇਂ ਉੱਪਰ ਸੀ ਫਰਕ ਕਿੱਥੇ ਹੈ ਜਦੋਂ ਆਈ ਵੀ ਯੂ ਦੇ ਸੀ ਤਾਂ ਡੂ ਨਾਟ ਫਿਰ ਵੀ ਵਨ ਹੈ ਲੇਕਿਨ ਜਦੋਂ ਹੀ ਸ਼ੀ ਹਿਸ ਸਿਸਟਰ ਰਵੀ ਹੈ ਤਾਂ ਵਰਬ ਤੋਂ ਪਹਿਲੇ ਡਸ ਨਾਟ ਹੈ ਹੀ ਡਸ ਨਾਟ ਪਲੇ ਬੈਡਮਿੰਟਨ ਸ਼ੀ ਡਸ ਨਾਟ ਪਲੇ ਬੈਡਮਿੰਟਨ ਹਿਸ ਸਿਸਟਰ ਡਸ ਨਾਟ ਪਲੇ ਬੈਡਮਿੰਟਨ ਰਵੀ ਡਸ ਨਾਟ ਪਲੇ ਬੈਡਮਿੰਟਨ ਹੁਣ ਧਿਆਨ ਕੀ ਰੱਖਣਾ ਹੈ ਕਿ ਜਦੋਂ ਅਸੀਂ ਹਾਂ ਵਾਚਕ ਵਿੱਚ ਇੱਥੇ ਕੀਤਾ ਸੀਗਾ ਥਰਡ ਪਰਸਨ ਸਿੰਗੂਲਰ ਤਾਂ ਅਸੀਂ ਕਿਹਾ ਸੀ ਕਿ ਸਬਜੈਕਟ ਨਾ ਵੀ 1 ਪਲਸ ਐਸ ਈ ਐਸ ਹੈ ਬਟ ਹੁਣ ਜਦੋਂ ਨੈਗੇਟਿਵ ਬਣਾਣਾ ਤਾਂ ਵਰਬ ਦੇ ਨਾਲ ਐਸ ਈ ਐਸ ਨਹੀਂ ਲੱਗੇਗਾ ਇਹ ਗੱਲ ਧਿਆਨ ਰੱਖਣੀ ਹੈ ਕਿ ਵਰਬ ਦੇ ਨਾਲ ਐਸ ਈ ਐਸ ਨਹੀਂ ਲੱਗੇਗਾ ਉਸ ਤੋਂ ਪਹਿਲੇ ਕਿਉਂਕਿ ਡਸ ਨਾਟ ਲੱਗਣਾ ਹੈ ਉਹ ਐਸ ਈ ਐਸ ਇੱਥੇ ਡੂ ਨਾਟ ਦੇ ਨਾਲ ਲਗਾ ਕੇ ਡੂ ਨਾਟ ਦੀ ਥਾਂ ਤੇ ਡਸ ਨਾਟ ਬਣ ਗਿਆ ਹੈ ਸੋ ਇਹ ਤੁਹਾਨੂੰ ਗੱਲ ਬਹੁਤ ਅੱਛੀ ਤਰ੍ਹਾਂ ਸਮਝ ਆ ਗਈ ਹੋਏਗੀ ਕਿ ਨੈਗੇਟਿਵ ਕਿੱਦਾਂ ਬਣਾਉਣਾ ਹੈ ਹਾਂਜੀ ਜਦੋਂ ਅਸੀਂ ਸਬਜੈਕਟ ਤੇ ਵਰਬ ਦੇ ਵਿਚਕਾਰ ਡੂ ਨਾਟ ਲਗਾ ਦਾਂਗੇ ਕਦੋਂ ਜਦੋਂ ਸਾਡਾ ਜੋ ਸਬਜੈਕਟ ਹੈ ਵੀ ਆਈ ਯੂ ਦੇ ਹੈ ਤਾਂ ਡੂ ਨਾਟ ਪਲੇਡ ਯਾ ਡੂ ਨਾਟ ਤੇ ਵੀ ਵਨ ਤੇ ਜਦੋਂ ਸਾਡਾ ਥਰਡ ਪਰਸਨ ਸਿੰਗੂਲਰ ਸਬਜੈਕਟ ਹੈ ਹੀ ਸ਼ੀ ਹਿਸ ਸਿਸਟਰ ਰਵੀ ਤਾਂ ਵਰਬ ਤੋਂ ਪਹਿਲੇ ਅਸੀਂ ਲਗਾਵਾਂਗੇ ਡਸ ਨਾਟ ਹੀ ਡਸ ਨਾਟ ਪਲੇ ਬੈਡਮਿੰਟਨ ਸ਼ੀ ਡਸ ਨਾਟ ਪਲੇ ਹਿਸ ਸਿਸਟਰ ਡਸ ਨਾਟ ਪਲੇ ਰਵੀ ਡਸ ਨਾਟ ਪਲੇ ਓਕੇ ਠੀਕ ਹੈ ਕੋਈ ਡਾਊਟ ਹੋਏ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਪੁੱਛਣਾ ਔਰ ਇਸ ਦੇ ਤਰ੍ਹਾਂ ਇਸ ਫਾਰਮੈਟ ਨੂੰ ਯੂਜ਼ ਕਰਦੇ ਹੋ ਐਨੀ ਫਾਈਵ ਸੈਂਟੈਂਸਸ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਨੇ ਨੇ ਤਾਂ ਅੰਡਰਸਟੈਂਡ ਮੈਨੂੰ ਸਮਝ ਆ ਚੁੱਕੀ ਕਿ ਤੁਹਾਨੂੰ ਇਹ ਚੀਜ਼ ਪੂਰੀ ਤਰ੍ਹਾਂ ਸਮਝ ਆ ਚੁੱਕੀ ਆਂ ਔਰ ਅਸੀਂ ਹੁਣ ਨੈਕਸਟ ਕੇਸ ਡਿਸਕਸ ਕਰਾਂਗੇ ਓਕੇ ਥੈਂਕ ਯੂ